ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਉਮੀਦ ਕਰਦਾ ਠੀਕ ਠਾਕ ਹੋਵਾਂਗੇ ਜੀ। ਅਤੇ ਸਵਾਗਤ ਹੈ ਤੁਹਾਡਾ ਆਪਣੇ ਬਲੌਗ ਦੇ ਵਿੱਚ। ਇਹ ਬਲੌਗ ਜਿਹੜਾ ਹੈ ਆਪਣਾ ਕੋਈ ਟਰੈਕਿੰਗ ਬਲੌਗ ਨਹੀਂ ਹੈ। ਇਹ ਬਲੌਗ ਦੇ ਵਿੱਚ ਆਪਾਂ ਤੁਹਾਨੂੰ ਇੱਕ ਰਿਕੁਐਸਟ ਕਰਨ ਜਾ ਰਹੇ ਹਾਂ। ਪਹਿਲਾਂ ਤਾਂ ਤੁਹਾਨੂੰ ਮੈਂ ਸਾਰਾ ਐਕਸਪਲੇਨ ਕਰ ਦੇਵਾਂ ਵੀ ਮੈਂ ਹੈ ਕਿੱਥੇ ਇਸ ਟਾਈਮ। ਇਸ ਟਾਈਮ ਆਪਾਂ ਹੈਗੇ ਹਾਂ ਗੁਰਦੁਆਰੇ ਦੇ ਵਿੱਚ, ਨਾਨਕਸਰ ਗੁਰਦੁਆਰਾ, ਜਿਹਦਾ ਨਾਮ ਮੈਡਰਿਡ ਸਪੇਨ ਦੇ ਵਿੱਚ ਹੈ ਜੀ। ਅਸੀਂ ਆਹ ਤੁਸੀਂ ਐਡਰੈਸ ਦੇਖ ਸਕਦੇ ਹਾਂ, ਇੱਥੋਂ ਦੀ ਐਂਟਰੈਂਸ ਹੈ ਜੀ ਗੁਰਦੁਆਰੇ ਦੀ। ਅਤੇ ਤੁਹਾਨੂੰ ਥੋੜ੍ਹਾ ਜਿਹਾ ਐਕਸਪਲੇਨ ਕਰਨਾ ਚਾਹੁੰਦੇ ਹਾਂ ਵੀ ਸਿਚੁਏਸ਼ਨ ਕੀ ਹੈ ਇਸ ਟਾਈਮ, ਅਤੇ ਜਿਹਦੇ ਨਾਲ ਤੁਸੀਂ ਥੋੜ੍ਹਾ ਅੰਡਰਸਟੈਂਡ ਕਰ ਸਕੋ। ਇਹ ਦੋ ਜਿਹੜੇ ਮੇਨ ਦਰਵਾਜ਼ੇ ਖੁੱਲ੍ਹੇ ਹੋਏ ਆ, ਇੱਕ ਲੈਫਟ ਹੈਂਡ ਸਾਈਡ ਅਤੇ ਇੱਕ ਰਾਈਟ ਹੈਂਡ ਸਾਈਡ ਤੁਹਾਡੇ। ਜਿਹੜਾ ਰਾਈਟ ਹੈਂਡ ਸਾਈਡ ਹੈ ਤੁਹਾਡੇ, ਛੋਟਾ ਦਰਵਾਜ਼ਾ, ਉਹ ਹੈਗਾ ਆ ਗੁਰਦੁਆਰਾ ਸਾਹਿਬ, ਅਤੇ ਇਹਦੇ ਥੱਲੇ ਲੰਗਰ ਹਾਲ ਆ, ਅਤੇ ਉੱਪਰ ਵਾਲੀ ਸਾਈਡ ਜਿਹੜਾ ਹੈਗਾ ਸੱਚਖੰਡ ਹੈ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੈ। ਅਤੇ ਉਹ ਤੁਹਾਨੂੰ ਅੰਦਰ ਲੈ ਕੇ ਚੱਲਦਾ ਪਹਿਲਾਂ ਤਾਂ ਮੈਂ। ਆਹ ਹੈਗਾ ਲੰਗਰ ਹਾਲ, ਤੁਸੀਂ ਦੇਖ ਸਕਦੇ ਹਾਂ, ਅਤੇ ਉੱਪਰ ਜਿਹੜਾ ਆ ਸੱਚਖੰਡ ਹੈ, ਉੱਧਰ ਵੀ ਤੁਹਾਨੂੰ ਲੈ ਕੇ ਜਾਂਦਾ। ਇੱਥੋਂ ਦੀ ਪੌੜੀਆਂ ਜਾਂਦੀਆਂ ਨੇ, ਪੌੜੀਆਂ ਤੋਂ ਉੱਪਰ ਜਾਂਦੇ ਹੋਏ ਆਪਾਂ ਸਿੱਧਾ ਹੀ ਆਪਣੇ ਸੱਚਖੰਡ ਨੂੰ ਜਾਂਦੇ ਹਾਂ, ਜਿੱਥੇ ਕਿ ਮਹਾਰਾਜ ਦਾ ਪ੍ਰਕਾਸ਼ ਕੀਤਾ ਗਿਆ ਹੈ। ਆ ਤੁਹਾਡੇ ਸਾਹਮਣੇ ਸਾਨੂੰ ਦਿਖਾਉਂਦੇ ਹਾਂ ਜੀ। ਇਸ ਵੀਡੀਓ ਦੇ ਨਾਲ ਤੁਹਾਡੇ ਤਾਈ ਮੈਸੇਜ ਪਹੁੰਚਾਉਣਾ ਚਾਹੁੰਦੇ ਹਾਂ, ਜਿਹਦਾ ਕਿ ਮੈਂ ਤੁਹਾਨੂੰ ਅੱਗੇ ਜਾ ਕੇ ਦੱਸੂੰਗਾ, ਐਕਸਪਲੇਨ ਕਰੂੰਗਾ। ਦੇਖੋ ਜੀ, ਆਹ ਹੈਗਾ ਇੱਥੇ ਪ੍ਰਕਾਸ਼ ਆ ਮਹਾਰਾਜ ਦਾ ਹੋਇਆ ਪਿਆ, ਅਤੇ ਤੁਹਾਡੀ ਰਾਈਟ ਹੈਂਡ ਸਾਈਡ 'ਤੇ ਬੀਬੀਆਂ ਦਾ, ਜਿੱਥੇ ਬੀਬੀਆਂ ਬੈਠਦੀਆਂ ਆ ਜੀ, ਇਹ ਏਰੀਆ ਆ। ਅਤੇ ਸਾਹਮਣੇ ਜਿਹੜਾ ਕੀਰਤਨ ਕਰ ਰਹੇ ਆ, ਇਹ ਆਪਣੇ ਲੈਫਟ ਹੈਂਡ ਸਾਈਡ ਹੈ ਜਿੱਥੇ ਜੀ ਆਪਣੇ ਵੀਰ ਭਰਾ ਬੈਠਦੇ ਆ ਜੀ। ਓਕੇ ਜੀ, ਆਹ ਦੇਖ ਸਕਦੇ ਹੋ ਤੁਸੀਂ। ਹੁਣ ਜਿਹੜੇ ਕਿ ਰਿਸਪੈਕਟਡ ਸਾਡੇ ਅਵਤਾਰ ਸਿੰਘ ਜੀ, ਜਿਹੜੇ ਗ੍ਰੰਥੀ ਸਿੰਘ ਆ, ਬਹੁਤ ਵਧੀਆ ਉਹਨਾਂ ਦਾ ਸੁਭਾਅ, ਅਤੇ ਉਹ ਆਪਣਾ ਕੀਰਤਨ ਵੀ ਕਰਦੇ ਬਹੁਤ ਹੀ ਵਧੀਆ ਮਧੁਰ ਆਵਾਜ਼ ਦੇ ਵਿੱਚ। ਅਤੇ ਉਹਨਾਂ ਦੇ ਨਾਲ ਅਸੀਂ ਮਿਲੇ ਤਾਂ ਸਾਨੂੰ ਉਹਨਾਂ ਨੇ ਦੱਸਿਆ ਇਸ ਸਿਚੁਏਸ਼ਨ ਦੇ ਬਾਰੇ ਗੁਰਦੁਆਰੇ ਦੀ, ਅਤੇ ਅਸੀਂ ਸੋਚਿਆ ਕਿ ਅਸੀਂ ਵੀ ਛੋਟਾ ਜਿਹਾ ਉਪਰਾਲਾ ਆਪਣੇ ਵੱਲੋਂ ਕਰੀਏ। ਹਾਂਜੀ, ਗੱਲ ਹੈਗੀ ਇੱਦਾਂ, ਦੇਖੋ ਜੀ, ਜਿਹੜਾ ਇਹ ਗੁਰਦੁਆਰਾ ਹੈ, ਇਹ ਛੋਟਾ ਹੋਣ ਦੇ ਕਰਕੇ ਇਹਦਾ ਸੰਗਤ ਆਉਂਦੀ ਹੈ ਇੱਥੇ, ਅਤੇ ਪਰ ਸੰਗਤ ਦੇ ਬੈਠਣ ਦੇ ਲਈ ਜ਼ਿਆਦਾ ਜਗ੍ਹਾ ਨਹੀਂ ਹੈਗੀ। ਅਤੇ ਆਹ ਦੇਖ ਲਓ ਤੁਸੀਂ, ਜੋੜਾ ਜਿਹੜੇ ਜੋੜੇ ਆ ਬਾਹਰਲੀ ਸਾਈਡ ਲਾਉਣੇ ਪੈਂਦੇ, ਇਹਦਾ ਵੀ ਤੁਹਾਨੂੰ ਅੱਗੇ ਦੱਸਦੇ ਹਾਂ। ਆਹ ਦੇਖੋ, ਅਤੇ ਜਿਹੜਾ ਮਹਾਰਾਜ ਦਾ ਸੁਖਾਸਨ ਕਰਨ ਦੇ ਲਈ ਜਿਹੜਾ ਸੱਚਖੰਡ ਆ, ਉਹ ਤੁਸੀਂ ਦੇਖ ਸਕਦੇ ਹਾਂ, ਬਹੁਤ ਹੀ ਛੋਟਾ ਆ। ਠੀਕ ਹੈ ਜੀ, ਆਹ ਹੈਗਾ ਸੁਖਾਸਨ ਕਰਨ ਦੀ ਜਗ੍ਹਾ ਜੀ। ਦੇਖੋ ਪਲੰਘ ਲੱਗਾ ਮਹਾਰਾਜ ਦਾ, ਅਤੇ ਬਹੁਤ ਕੰਜਸਟਡ ਜੀ ਜਗ੍ਹਾ ਹੈ ਜੀ। ਅਤੇ ਜਿਹੜਾ ਆਹ ਖੰਡਾ ਸਾਹਿਬ ਹੈ, ਇਹਦੇ ਪਿੱਛੇ ਵਾਲੀ ਬਿਲਡਿੰਗ ਆ ਜਿਹੜੀ, ਹਾਂਜੀ, ਉਹ ਆਪਾਂ ਨੂੰ ਮਿਲ ਰਹੀ ਹੈ। ਹਾਂਜੀ, ਅਤੇ ਅੱਗੇ ਜਾ ਕੇ ਮੈਂ ਤੁਹਾਨੂੰ ਉਹਦੇ ਬਾਰੇ ਵੀ ਐਕਸਪਲੇਨ ਕਰਦਾ। ਅਤੇ ਤੁਸੀਂ ਦੇਖ ਸਕਦੇ ਬਹੁਤ ਛੋਟੀ ਜਗ੍ਹਾ ਆ, ਹੈ ਨਾ, ਫੋਨ ਦੇ ਵਿੱਚ ਸ਼ਾਇਦ ਸਕਰੀਨ 'ਚ ਦੇਖਣ ਨੂੰ ਤੁਹਾਨੂੰ ਵੱਡੀ ਲੱਗੇ, ਪਰ ਬਹੁਤ ਛੋਟੀ ਜਗ੍ਹਾ ਹੈ। ਜਿਹੜਾ ਤੁਸੀਂ ਖੰਡਾ ਦੇਖ ਰਹੇ ਹੋ ਇਸ ਟਾਈਮ, ਇਹਦੇ ਪਿੱਛੇ ਜਿਹੜੀ ਦੀਵਾਰ ਹੈ, ਦੀਵਾਰ ਦੇ ਬਿਲਕੁਲ ਨਾਲ ਦੀ ਬਿਲਡਿੰਗ ਜਿਹੜੀ ਆ, ਇਹ ਗੁਰਦੁਆਰਾ ਸਾਹਿਬ ਨੂੰ ਮਿਲ ਰਹੀ ਹੈ। ਠੀਕ ਹੈ ਜੀ, ਜਿਹੜਾ ਕਿ ਹਾਲ ਤੁਸੀਂ
ਮੇਰੀ ਵੀਡੀਓ ਦੀ ਬਿਲਕੁਲ ਬਿਗਨਿੰਗ ਦੇ ਵਿੱਚ ਮੈਂ ਤੁਹਾਨੂੰ ਦਿਖਾਇਆ ਸੀਗਾ ਜਿਹੜੇ ਦੋ ਦਰਵਾਜ਼ੇ ਆ ਤੁਹਾਡੇ ਲੈਫਟ ਹੈਂਡ ਸਾਈਡ ਅਤੇ ਰਾਈਟ ਹੈਂਡ ਸਾਈਡ। ਰਾਈਟ ਹੈਂਡ ਸਾਈਡ ਜਿਹੜਾ ਸੀਗਾ ਛੋਟਾ ਦਰਵਾਜ਼ਾ ਉਹ ਗੁਰਦੁਆਰੇ ਦਾ ਹੈ ਅਤੇ ਜਿਹੜਾ ਇਸ ਟਾਈਮ ਹੈ ਅਤੇ ਜਿਹੜਾ ਲੈਫਟ ਹੈਂਡ ਸਾਈਡ ਹੈ ਉਹ ਹਾਲ ਆਪਾਂ ਨੂੰ ਮਿਲ ਰਿਹਾ ਹੈ ਅਤੇ ਜਿਹਦਾ ਕਿ ਬਿਆਨਾ ਜਿਹੜਾ 50,000 ਯੂਰੋ ਇਹ ਆਲਰੇਡੀ ਦੇ ਚੁੱਕੇ ਹਾਂ ਅਤੇ ਬਾਕੀ ਜਿਹੜਾ 2,50,000 ਯੂਰੋ ਜਿਹੜਾ ਹੀ ਅਜੇ ਬਾਕੀ ਆ ਅਤੇ ਜਿਹਦੇ ਲਈ ਆਪਾਂ ਨੂੰ ਸਾਰੀਆਂ ਸੰਗਤਾਂ ਦੀ ਜ਼ਰੂਰਤ ਹੈ ਜੀ। ਸਾਰੀ ਸੰਗਤ ਆਪਾਂ ਨੂੰ ਹੈਲਪ ਕਰਨ ਗੁਰਦੁਆਰੇ ਨੂੰ ਜਿੰਨੀ ਹੋ ਸਕੇ, ਚਾਹੇ 5 ਯੂਰੋ, 10 ਯੂਰੋ, 100 ਯੂਰੋ, 1,000, ਜਿੰਨੀ ਵੀ ਤੁਹਾਡੀ ਸ਼ਰਧਾ ਹੈ ਜੀ। ਅਤੇ ਹੁਣ ਮੈਂ ਤੁਹਾਨੂੰ ਸਪੈਸੀਫਿਕਲੀ ਸਾਰੀ ਗੱਲ ਸਮਝਾਉਣ ਤੋਂ ਪਹਿਲਾਂ ਇੱਕ ਵਾਰੀ ਫਿਰ ਮੈਂ ਹੁਣ ਲੰਗਰ ਹਾਲ ਦੇ ਵਿੱਚ ਤੁਹਾਨੂੰ ਦਿਖਾ ਦਿੰਦਾ ਕਿਵੇਂ ਇਹਦਾ ਆਪਣਾ ਜੋ ਥੱਲੇ ਲੰਗਰ ਹਾਲ ਦੇ ਵਿੱਚ ਜਾਂ ਕਿਚਨ ਆ ਅਤੇ ਕਿਚਨ ਦੇ ਵਿੱਚ ਕਿਵੇਂ ਦਾ ਮਤਲਬ ਕਿੰਨੀ ਕੁ ਵੱਡੀ ਕਿਚਨ ਆ ਅਤੇ ਕਿੰਨਾ ਕੁ ਵੱਡਾ ਏਰੀਆ ਜਿਹੜਾ ਆ ਭਾਂਡੇ ਧੋਣ ਦੇ ਲਈ ਬਣਾਇਆ ਹੋਇਆ ਆ, ਜਿਹਦੇ ਨਾਲ ਤੁਹਾਨੂੰ ਆਈਡੀਆ ਹੋ ਜੂਗਾ। ਠੀਕ ਹੈ ਜੀ, ਅੱਗੇ ਚੱਲਦੇ ਹਾਂ ਆਪਾਂ। ਠੀਕ ਹੈ ਜੀ, ਅਤੇ ਹੁਣ ਤੁਹਾਨੂੰ ਦਿਖਾਉਣਾ, ਦੇਖੋ ਇਹ ਜਿਹੜੀਆਂ ਪੌੜੀਆਂ ਆਪਾਂ ਨੂੰ ਥੱਲੇ ਲੈ ਕੇ ਜਾ ਰਹੀਆਂ ਅੱਜਕੱਲ੍ਹ ਤੋਂ ਦੁਬਾਰਾ ਫਿਰ ਲੰਗਰ ਹਾਲ ਦੇ ਵਿੱਚ, ਅਤੇ ਜਿੱਥੇ ਕਿ ਤੁਸੀਂ ਦੇਖ ਪਾਓਗੇ ਜਿਹੜਾ ਸੈਟਅਪ ਆ ਇਹ ਕੰਜਸਟਡ ਜਗ੍ਹਾ ਹੋਣ ਦੇ ਕਾਰਨ ਜਿਹੜਾ ਸੈਟਅਪ ਆ ਉਹ ਕਿਵੇਂ ਸੈੱਟ ਕੀਤਾ ਗਿਆ। ਠੀਕ ਹੈ ਜੀ, ਅਤੇ ਆਹ ਹੈਗਾ ਲੰਗਰ ਹਾਲ ਅਤੇ ਇੱਧਰਲੇ ਪਾਸੇ ਦੇਖੋ ਬੀਬੀਆਂ ਦੇ ਲਈ ਬਣਾਇਆ ਹੋਇਆ। ਠੀਕ ਹੈ ਜੀ, ਅਤੇ ਇਹ ਦੂਸਰੇ ਪਾਸੇ ਵੀਰਾਂ ਦੇ ਲਈ ਜਿਹੜਾ ਆ ਆਪਣਾ ਟੋਇਲਟ ਬਾਥਰੂਮ ਜਿਹੜਾ ਬਣਾਇਆ ਹੋਇਆ। ਅਤੇ ਆਹ ਤੁਸੀਂ ਦੇਖ ਸਕਦੇ ਆ ਲੰਗਰ ਹਾਲ ਦੇ ਵਿੱਚ ਪਹਿਲਾਂ ਜਦੋਂ ਆਪਣੇ ਸੰਗਤ ਦੇ ਆਉਣ ਤੋਂ ਪਹਿਲਾਂ ਜਾਂ ਸੰਗਤ ਦੇ ਜਾਣ ਤੋਂ ਬਾਅਦ 'ਚ ਇੱਥੇ ਜਿਹੜਾ ਆ ਜੋੜਾ ਜੋੜਿਆਂ ਦਾ ਜਿਹੜਾ ਰੈਕ ਹੈ ਇੱਥੇ ਰੱਖਿਆ ਹੁੰਦਾ ਜਦੋਂ ਸੰਗਤ ਆਉਂਦੀ ਹੈ, ਅਤੇ ਬਾਹਰਲੇ ਪਾਸੇ ਰੱਖਣਾ ਪੈਂਦਾ ਕਿਉਂਕਿ ਜਗ੍ਹਾ ਘੱਟ ਹੁੰਦੀ ਹੈ। ਠੀਕ ਹੈ ਜੀ, ਹੁਣ ਲੰਗਰ ਹਾਲ ਦੇ ਵਿੱਚ ਤੁਸੀਂ ਦੇਖਦੇ ਹਾਂ ਜਦੋਂ ਆਪਾਂ ਜਾਂਦੇ ਹਾਂ ਕਿਚਨ ਵਾਲੀ ਸਾਈਡ ਨੂੰ, ਜਿਹੜੀ ਕਿਚਨ ਆ ਆਹ ਤੁਸੀਂ ਦੇਖ ਲਓ ਵੀ ਕਿਚਨ ਦਾ ਜਿਹੜਾ ਅੰਦਰ ਐਂਟਰੈਂਸ ਹੁੰਦੀ ਹੈ, ਸਾਹਮਣੇ ਭਾਂਡੇ ਮਾਂਜਣ ਨੂੰ ਰੱਖਿਆ ਆ। ਠੀਕ ਹੈ ਜੀ, ਅਤੇ ਬਰਤਨ ਸਾਫ਼ ਕਰਨ ਲਈ, ਅਤੇ ਇੱਧਰ ਆਹ ਕਿਚਨ ਹੈ ਦੇਖੋ ਛੋਟੀ ਜਿਵੇਂ ਆਪਣੇ ਘਰ ਦੇ ਵਿੱਚ ਹੁੰਦੀ। ਠੀਕ ਹੈ ਜੀ, ਅਤੇ ਜਿਹਦੇ ਕਰਕੇ ਆਪਾਂ ਨੂੰ ਬਹੁਤ ਤੰਗੀ ਹੁੰਦੀ ਜਦੋਂ ਇੱਕ ਵੱਡੀ ਸੰਗਤ ਆਵੇ, ਜ਼ਿਆਦਾ ਸੰਗਤ ਆਉਂਦੀ ਹੈ ਅਤੇ ਉਹਨਾਂ ਦੇ ਲਈ ਜਿਹੜਾ ਲੰਗਰ ਬਣਾਉਣ ਦੇ ਵਿੱਚ ਬੜੀ ਹੀ ਪ੍ਰੋਬਲਮ ਆਉਂਦੀ ਹੈ। ਅਤੇ ਆਹ ਤੁਸੀਂ ਦੇਖ ਸਕਦੇ ਹਾਂ ਬਰਤਨ ਸਾਫ਼ ਕਰਨ ਦੇ ਵਿੱਚ ਵੀ ਬਹੁਤ ਕੰਜਸਟਡ ਜਗ੍ਹਾ ਹੋਣ ਕਰਕੇ ਆਪਾਂ ਨੂੰ ਪ੍ਰੋਬਲਮ ਆਉਂਦੀ ਹੈ। ਅਤੇ ਹੁਣ ਤੁਸੀਂ ਤੁਹਾਨੂੰ ਦਿਖਾਉਂਦੇ ਹਾਂ ਵੀ ਜਿਹੜੇ ਆਪਣੇ ਜਿਹੜਾ ਸਟੋਰ ਜਿਹੜਾ ਬਣਾਇਆ ਉਹ ਵੀ ਲੰਗਰ ਹਾਲ ਦੇ ਵਿੱਚ ਓਪਨ ਆ। ਠੀਕ ਹੈ ਜੀ, ਅਤੇ ਜਿਹੜੇ ਆਪਣੇ ਭਾਂਡੇ ਹੁੰਦੇ ਆ ਜੀ ਉਹ ਵੀ ਲੰਗਰ ਹਾਲ ਦੇ ਵਿੱਚ ਇੱਕ ਲਿਫਟ ਜਿਹੜੀ ਆ ਬੰਦ ਹੋਈ ਪਈ ਉਹਦੇ ਵਿੱਚ ਰੱਖੇ ਹੋਏ, ਦੇਖੋ ਉਹਨੂੰ ਸਟੋਰ ਬਣਾਉਣਾ ਪਿਆ। ਛੋਟੀ ਜਿਹੀ ਕੰਜਸਟਡ ਜਿਹੀ ਜਗ੍ਹਾ ਆ। ਠੀਕ ਹੈ ਜੀ, ਅਤੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਉੱਪਰ, ਜਿੱਥੇ ਕਿ ਜਿਵੇਂ ਇੱਕ ਰੂਮ, ਛੋਟਾ ਜਿਹਾ ਜਗ੍ਹਾ ਨੂੰ ਇੱਕ ਰੂਮ ਬਣਾਇਆ ਹੋਇਆ, ਜਦੋਂ ਆਹ ਗੱਦੇ ਰੱਖੇ ਜੇ ਕਿਸੇ ਨੇ ਆਉਣਾ ਹੁੰਦਾ ਆ ਜਾਂ ਕੋਈ ਆ ਜਾਂਦਾ ਆ, ਹੈ ਨਾ ਵੀਰ ਭਰਾ, ਅਤੇ ਉਹਦੇ ਲਈ ਇਹ ਦੇਖੋ ਇੱਧਰਲੀ ਸਾਈਡ ਛੋਟਾ ਜਿਹਾ ਇੱਕ ਰੂਮ ਬਾਬਿਆਂ ਦੇ ਲਈ ਬਣਾਇਆ ਹੋਇਆ ਵੀ ਰਹਿਣ ਦੇ ਲਈ ਦੇਖੋ। ਹਾਂਜੀ, ਅਤੇ ਤੁਸੀਂ ਸੋਚ ਸਕਦੇ ਆ ਵੀ ਬਹੁਤ ਛੋਟੀ ਜਗ੍ਹਾ ਆ ਇਹ,
ਐਜ਼ ਪਰ ਦ ਕੈਪੀਟਲ ਆਫ ਸਪੇਨ, ਤੁਸੀਂ ਦੇਖੋ ਜੀ ਸਪੇਨ ਦੀ ਕੈਪੀਟਲ ਜਿਹੜੀ ਮੈਡਰਿਡ ਆ, ਅਤੇ ਆਪਣੀ ਜਿਹੜੀ ਆ ਦਿਮਾਗ ਦੇ ਵਿੱਚ ਇਹੀ ਆਉਂਦਾ ਵੀ ਜਿਹੜਾ ਗੁਰਦੁਆਰਾ ਜਿਹੜਾ ਵੱਡਾ ਹੋਊਗਾ। ਦੇਖੋ ਜਦੋਂ ਹੁਣ ਆਹ ਵਾਲਾ ਜਿਹੜਾ ਹਾਲ ਹੈ ਤੁਸੀਂ ਦੇਖ ਸਕਦੇ ਆ, ਇਹ ਆਪਾਂ ਨੂੰ ਮਿਲ ਰਿਹਾ ਆ, ਆਲਰੇਡੀ ਤੁਹਾਨੂੰ ਦੱਸਿਆ 50,000 ਯੂਰੋ ਜਿਹੜਾ ਦੇ ਚੁੱਕੇ ਆ, ਅਤੇ ਰੈਸਟ ਜਿਹੜਾ ਰਹਿੰਦਾ ਆ। ਅਤੇ ਆਹ ਤੁਹਾਡੇ ਸਾਹਮਣੇ ਆਪਣਾ ਅਕਾਊਂਟ ਨੰਬਰ ਹੈ ਜਿਹੜਾ ਆਪਣਾ ਗੁਰਦੁਆਰੇ ਦਾ ਜਿਹੜਾ ਅਕਾਊਂਟ ਨੰਬਰ ਹੈ ਇਹ ਆ ਰਿਹਾ। ਤੁਸੀਂ ਪਲੀਜ਼, ਤੁਹਾਡੇ ਅੱਗੇ ਬੇਨਤੀ ਹੈ, ਅਰਦਾਸ ਹੈ, ਮੈਂ ਕਦੇ ਵੀ ਐਵੇਂ ਦੀ ਵੀਡੀਓ ਨਹੀਂ ਬਣਾਈ, ਬਟ ਮੇਰਾ ਖੁਦ ਦਾ ਦਿਲ ਕੀਤਾ ਵੀ ਆਪਾਂ ਐਵੇਂ ਤੁਹਾਨੂੰ ਮੈਸੇਜ ਦਈਏ, ਤੁਹਾਨੂੰ ਰਿਕੁਐਸਟ ਕਰੀਏ, ਜਿਹੜੇ ਵੀ ਆਪਣੇ ਵੀਰ ਦੇਖ ਰਹੇ ਆ ਯੂਰਪ ਦੇ ਵਿੱਚ ਜਾਂ ਸਪੇਨ ਦੇ ਵਿੱਚ, ਹੈ ਨਾ, ਤੁਸੀਂ ਪਲੀਜ਼ ਕੰਟਰੀਬਿਊਟ ਕਰੋ ਤਾਂ ਕਿ ਇਸ ਗੁਰਦੁਆਰੇ ਨੂੰ, ਆਪਣੇ ਗੁਰੂ ਦੇ ਦਵਾਰ ਨੂੰ, ਹੈ ਨਾ, ਇਹ ਜਿਹੜਾ ਆਪਣਾ ਹਾਲ ਆ ਉਹ ਮਿਲ ਸਕੇ। ਠੀਕ ਹੈ ਜੀ, ਤਾਂ ਕਿ ਜਿਹੜਾ ਗੁਰਦੁਆਰਾ ਹੋਰ ਵੱਡਾ ਹੋਵੇ, ਅਤੇ ਜਦੋਂ ਸੰਗਤ ਵੱਡੇ ਪੱਧਰ 'ਤੇ ਸੰਗਤ ਆਵੇ ਅਤੇ ਉਹਨਾਂ ਦੇ ਲਈ ਬੈਠਣ ਨੂੰ, ਉਹਨਾਂ ਦੇ ਲਈ, ਹੈ ਨਾ, ਆਪਣਾ ਲੰਗਰ ਦੇ ਲਈ, ਉਹਨਾਂ ਦੇ ਲਈ ਜਗ੍ਹਾ ਹੋਵੇ, ਅਤੇ ਤਾਂ ਕਿ ਜਦੋਂ ਹੁਣ ਆਪਣੇ ਜਦੋਂ ਇਹ ਹਾਲ ਮਿਲੂਗਾ ਉੱਪਰਲੇ ਪਾਸੇ ਜਿਹੜਾ ਆ ਸੱਚਖੰਡ ਹੋਰ ਵੀ ਵੱਡਾ ਹੋਊਗਾ, ਹੈ ਨਾ, ਹੋਰ ਵੀ ਵਧੀਆ ਬਣਿਆ ਹੋਊਗਾ। ਦੇਖੋ ਆਹ ਵਾਲਾ ਜਿਹੜਾ ਹਾਲ ਤੁਹਾਡੇ ਸਾਹਮਣੇ ਆ ਆਪਣੇ ਲੈਫਟ ਹੈਂਡ ਸਾਈਡ ਜ਼ਿਆਦਾ ਵੱਡਾ ਆ, ਜਿਹੜਾ ਰਾਈਟ ਹੈਂਡ ਸਾਈਡ ਜਿੱਥੇ ਗੁਰਦੁਆਰਾ ਸਾਹਿਬ ਆਲਰੇਡੀ ਹੈਗਾ ਪਹਿਲਾਂ ਤੋਂ, ਉਹ ਛੋਟਾ ਆ। ਠੀਕ ਹੈ ਜੀ, ਅਤੇ ਪਲੀਜ਼ ਮੇਰੀ ਬੇਨਤੀ ਹੈ ਤੁਹਾਨੂੰ, ਦੋ ਹੱਥ ਜੋੜ ਕੇ ਦੇਖੋ ਜੀ, ਪਲੀਜ਼ ਆਪਣਾ ਕੰਟਰੀਬਿਊਸ਼ਨ ਪਾਓ ਤਾਂ ਕਿ ਇਹ ਗੁਰਦੁਆਰਾ ਆਪਾਂ ਨੂੰ ਮਿਲ ਸਕੇ, ਹੈ ਨਾ, ਆਪਾਂ ਨੂੰ ਇਹ ਜਿਹੜਾ ਹਾਲ ਮਿਲ ਸਕੇ, ਤਾਂ ਕਿ ਆਪਣਾ ਜਿਹੜਾ ਗੁਰਦੁਆਰਾ ਸੱਚਖੰਡ ਅਤੇ ਲੰਗਰ ਹਾਲ, ਜੋ ਵੀ ਲੋੜਵੰਦ ਚੀਜ਼ਾਂ ਹੈ ਗੁਰਦੁਆਰੇ ਦੇ ਲਈ, ਉਹ ਪੂਰੀਆਂ ਹੋ ਸਕਣ ਖੁੱਲ੍ਹੇ ਡੁੱਲੇ ਹਿਸਾਬ ਦੇ ਨਾਲ, ਹੈ ਨਾ, ਤਾਂ ਕਿ ਵਧੀਆ ਤਰੀਕੇ ਨਾਲ ਮੈਨੇਜ ਹੋ ਸਕੇ, ਹੈ ਨਾ। ਅਤੇ ਪਲੀਜ਼ ਮੇਰੀ ਇੰਨੀ ਕੁ ਬੇਨਤੀ ਹੈ, ਦੋ ਹੱਥ ਜੋੜ ਕੇ ਤੁਹਾਡੇ ਸਾਹਮਣੇ, ਅਤੇ ਉਮੀਦ ਕਰਦਾ ਤੁਸੀਂ ਜ਼ਰੂਰ ਆਪਣਾ ਯੋਗਦਾਨ ਪਾਓਗੇ। ਅਤੇ ਬਾਕੀ ਜੇ ਮੇਰੇ ਕੋਲੋਂ ਕੁਛ ਗਲਤ ਕਹਿ ਹੋ ਗਿਆ ਹੋਵੇ ਤਾਂ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਮੈਨੂੰ ਸ਼ਮਾ ਦੇ ਜਾ ਚੁੱਕਿਆ ਅਤੇ ਜੀ ਮੈਨੂੰ ਭੁੱਲਾ ਚੁੱਕਾ, ਮਾਫ਼ ਕਰਿਓ ਜੀ। ਤੁਸੀਂ ਸੰਗਤ ਜਿਹੜੇ ਆ ਆਪਣੇ ਪਰਮਾਤਮਾ ਦੇ ਸਰੂਪ ਆ, ਮੈਨੂੰ ਮਾਫ਼ੀ ਵੀ ਜੇ ਕੋਈ ਭੁੱਲ ਚੁੱਕ ਹੋ ਗਈ ਹੋਵੇ, ਜੇ ਕੁਛ ਕਹਿ ਹੋ ਗਿਆ ਹੋਵੇ ਉੱਪਰ ਥੱਲੇ, ਕਿਉਂਕਿ ਮੈਨੂੰ ਐਵੇਂ ਬਾਹਲਾ ਗੱਲ ਕਰਨੀ ਨਹੀਂ ਆਉਂਦੀ, ਬਟ ਮੈਂ ਫਿਰ ਵੀ ਆਪਣੇ ਵੱਲੋਂ ਟਰਾਈ ਕੀਤਾ ਵੀ ਤਾਂ ਕਿ ਤੁਹਾਡੇ ਸਾਹਮਣੇ ਬੇਨਤੀ ਕਰ ਸਕੀਏ ਤਾਂ ਕਿ ਇਸ ਗੁਰਦੁਆਰੇ ਦੇ ਲਈ ਆਪਾਂ ਕੰਟਰੀਬਿਊਟ ਕਰ ਸਕੀਏ। ਠੀਕ ਹੈ ਜੀ, ਅਤੇ ਇੰਨੀਆਂ ਗੱਲਾਂ ਦੇ ਨਾਲ ਮੈਂ ਸਮਾਪਤੀ ਕਰਦਾ ਹਾਂ। ਠੀਕ ਹੈ ਜੀ, ਅਤੇ ਭੁੱਲ ਚੁੱਕ ਮਾਫ਼, ਤੁਹਾਡੇ ਸਾਹਮਣੇ ਦੋ ਹੱਥ ਜੋੜ ਕੇ ਅਤੇ ਸਮਾਪਤੀ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।